ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੇ ਸਾਧ ਸੰਗਤ ਜੀ, ਜੋ ਇਹ ਇਤਿਹਾਸਿਕ ਅਸਥਾਨ ਗੁਰਦੁਆਰਾ ਬਾਬਾ ਟੋਡਰ ਮੱਲ ਜੀ ਦੀ ਯਾਦ ਵਿੱਚ ਸੁਸ਼ੋਭਿਤ ਹੈ, ਉਸ ਦੇ ਦਰਸ਼ਨ ਕਰ ਰਹੇ ਹੋ। ਬਾਬਾ ਟੋਡਰ ਮੱਲ ਜੀ ਉਹ ਹਨ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਮੋਹਰਾਂ ਸਿੱਧੀਆਂ ਖੜੀਆਂ ਰੱਖ ਕੇ ਉਹ ਜਗ੍ਹਾ ਲਈ। ਅੱਜ ਤੱਕ ਸਭ ਤੋਂ ਮਹਿੰਗੀ ਜਗ੍ਹਾ ਜੋ ਦੁਨੀਆ ਦੀ, ਉਹ ਦੀਵਾਨ ਟੋਡਰ ਮੱਲ ਜੀ ਨੇ ਖਰੀਦ ਕੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ। ਸਿੱਖ ਕੌਮ ਨੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਪਿੰਡ ਕਾਕੜੇ ਨੇੜੇ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਵਿਖੇ ਬਾਬਾ ਟੋਡਰ ਮੱਲ ਦੀ ਦੀਵਾਨ ਹਾਲ, ਉਹਨਾਂ ਦੀ ਯਾਦ ਦੇ ਵਿੱਚ ਗੁਰੂ ਸਾਹਿਬਾਨ ਦਾ ਸੁਸ਼ੋਭਿਤ ਘਰ ਮਹਾਰਾਜ ਅਤੇ ਦੀਵਾਨ ਹਾਲ ਲੰਗਰ, ਅਤੇ ਉਹਨਾਂ ਦੀ ਯਾਦ ਘਰ ਵਿੱਚ ਹੀ ਇੱਕ ਦੀਵਾਨ ਟੋਡਰ ਮੱਲ ਅਕੈਡਮੀ ਜੋ CBSE ਨਾਲ ਰਿਲੇਟਡ ਹੈ, CBSE ਤੋਂ ਮਨਜ਼ੂਰ ਸ਼ੁਦਾ ਹੈ। ਇਹ ਸਾਰੀਆਂ ਜੋ ਸੇਵਾਵਾਂ ਨੇ, ਇਹ ਡੇਰਾ ਤਰਨ ਤਾਰਨ ਕਾਰ ਸੇਵਾ ਜਿਸ ਦੇ ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ ਜੀ ਹਨ, ਉਹਨਾਂ ਵੱਲੋਂ ਇਹ ਸਾਰੀਆਂ ਜਿਹੜੀਆਂ ਸੇਵਾਵਾਂ ਨੇ, ਉਹਨਾਂ ਦੇ ਜਥੇ ਵੱਲੋਂ ਬਾਬਾ ਕਿਰਪਾਲ ਸਿੰਘ ਜੀ ਦੀ ਜੋ ਮਾਲਵੇ ਵਿੱਚ ਬਾਬਾ ਜੀ ਨੇ ਡਿਊਟੀ ਲਾਈ ਹੋਈ ਹੈ, ਉਹ ਪਿਛਲੇ 15-20 ਸਾਲਾਂ ਤੋਂ ਇਸ ਨਗਰ ਦੇ ਵਿੱਚ ਆ ਕੇ ਉਹਨਾਂ ਨੇ ਪਹਿਲਾਂ ਗੁਰਦੁਆਰਾ ਸਾਹਿਬਾਨ, ਫਿਰ ਲੰਗਰ, ਫਿਰ ਦੀਵਾਨ ਹਾਲ, ਫਿਰ ਟੋਡਰ ਮੱਲ ਜੀ ਦੇ ਨਾਂ ਦੇ ਵਿੱਚ +2 ਤੱਕ ਜਿਹੜੀ ਅਕੈਡਮੀ ਹੈ ਇਹ CBSE ਤੋਂ ਮਨਜ਼ੂਰ ਸ਼ੁਦਾ ਕਰਾਈ ਹੈ। ਇਹ ਸਾਰੀਆਂ ਸੇਵਾਵਾਂ ਸੰਗਤਾਂ ਸਹਿਯੋਗ ਨਾਲ ਬਾਬਾ ਜਗਤਾਰ ਸਿੰਘ ਜੀ ਦੀ ਡੇਰਾ ਤਰਨ ਤਰਨ ਵਾਲਿਆਂ ਦੀ ਅਗਵਾਈ ਹੇਠ, ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ ਇਹ ਸੇਵਾ ਨਿਰੰਤਰ ਚੱਲ ਰਹੀਆਂ ਨੇ। ਸਾਰੀਆਂ ਸੰਗਤਾਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।